ਵਾਰੀਆਂ ਸਬਦ ਗਾਵਣੇ ਆਈਆਂ ਸਬਦੋ ਤਾਂ ਗਾਓ ਹਰੀ ਕੇਰਾ ਮਨ ਨੀ ਵਸਾਇਆ ਕਹਿ ਨਾਥ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸੁਰਾ ਸੁਆਮੀ ਸੁਖ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਖਿਆ ਨਹੀਂ ਕਰਦੇ ਰਹਿ ਕਰਨਾ ਤੇਰਾ ਸਭ ਕੁਛ ਹੈ ਜਿਸਦੇ ਸੁਪਾਲ ਸਦਾ ਸੇਸਾ ਲਾਹਾ ਤੇਰੀ ਨਾ ਮਨ ਵਸਾਵੇ ਨਾਨਕ ਮਨ ਵਸਿਆ ਵਾਜੇ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਲਾਲੋ ਸੱਚ ਨਾਮਾ ਦਾਰ ਮੇਰਾ ਜੀ ਭੁੱਖਾਂ ਸਭ ਗਵਾਈਆਂ ਹਰ ਸ਼ਾਂਤ ਸੁਖ ਮਾਨਿਆ ਵਸਿਆ ਜਿਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਵਸਨੀਆਂ ਵੜਿਆਈਆਂ ਕਹੇ ਨਾਮ ਸੁਣੋ ਸੰਤੋ ਸਿੱਖਾਂ ਦਾ ਮਾਣ ਨੀਵਾ ਵਾਤ ਉੱਚੀ ਵਾਤ ਪਾਤਕਾ ਰਾਖਾ
हर संग सहा
जहै जाइए तहां सोहेले कार कृपा प्रभु मिले हर गुण गावो सदा सुपाई मन तिंडे सजने फल पावा जीव कै संग ਸਾਰਾ ਹੀ ਪ੍ਰੋਗਰਾਮ
ਸੱਜਣਗੇ ਸੋ ਉਸ ਤੋਂ ਬਾਅਦ ਸ਼ਾਮਾਂ ਦੇ ਕੀਰਤਨ ਦੀਵਾਨ ਆਰੰਭ ਹੋ ਜਾਣਗੇ ਜਿਸ ਵਿੱਚ ਗੁਰੂ ਘਰ ਦੇ ਗਮ ਹਜ਼ੂਰੀ ਜਥੇ ਸੋ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਗੁਰੂ ਹਰਿਗ੍ਰੰਥ ਸਾਹਿਬਾਨ ਨੂੰ ਵੀ ਰਲ ਦੇ ਪਾਠ ਤੋਂ ਉਪਰੰਤ ਕਥਾ ਸਿੰਘ ਸਾਹਿਬ ਯਾਨੀ ਨਲਕੀ ਸਿੰਘ ਜੀ ਵੀ ਜੋ ਹੈ ਸੰਗਤਾਂ ਨੂੰ ਕਥਾ ਦੁਆਰਾ ਨਾਲ ਕਰਨਗੇ ਸੋ ਕੱਲ੍ਹ ਜੋ ਹੈ ਮੈਂ ਦੁਲੇ ਦੇ ਤਕਰੀਬਨ 10 ਵਜੇ ਦੇ ਕਰੀਬ ਜੋ ਹੈ ਖੰਡ ਪਾਠ ਦੇ ਜਾਪ ਆਰੰਭ ਹੋਣਗੇ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਉਤਾਰਨ ਦੇ ਸੰਬੰਧ ਵਿੱਚ ਜਿਨ੍ਹਾਂ ਦੇ ਕੋਲ ਐਤਵਾਰ ਨੂੰ ਸਵੇਰੇ 8 ਵਜੇ ਦੀ ਸਮਾਪਤੀ ਤੋਂ ਬਾਅਦ ਤਕਰੀਬਨ 9 ਤੋਂ 9:30 ਦੇ ਵਿੱਚ ਕਰਨਗੇ ਉਸ ਤੋਂ ਬਾਅਦ ਸ਼ਾਮ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਹੋਵੇਗੀ ਸਤਿੰਦਰ ਸਾਹਿਬ ਦੇ ਪਾਠ ਨਾਲ ਹੀ ਕੀਰਤਨ ਦੀਵਾਨ ਆਰੰਭ ਹੋ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਕੱਲ੍ਹ ਤੋਂ ਗੁਰੂ ਆਪਣੇ ਬੱਚਿਆਂ ਨੂੰ ਪਰਿਵਾਰ ਸਾਹਿਬ ਨੂੰ ਲੱਗ ਕੇ ਲਿਆਉਣ ਦੀ ਕਿਰਪਾ ਤੱਕ ਇਹੋ ਜਿਹੇ ਮੌਕਿਆਂ 'ਤੇ ਆਪਾਂ ਇਤਿਹਾਸ ਗੁਰੂ ਸਾਹਿਬਾਂ ਦਾ ਗੁਰਬਾਣੀ ਦੇ ਨਾਲ ਲੜ ਸਕਦੇ ਹਾਂ ਸੋ ਸੰਗਤਾਂ ਨੂੰ ਜਿਹੜੀ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਸੋ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਕੋਈ ਵੀ ਪ੍ਰੋਗਰਾਮ ਦੇਖ ਸਕਦੀ ਹੈ ਪ੍ਰੋਗਰਾਮ ਦੇ ਦੌਰਾਨ ਗੁਰੂ ਦੀ ਕਿਰਪਾ ਅਤੇ ਸਤਸੰਗ ਦੇ ਸਹਿਯੋਗ ਦੇ ਨਾਲ ਹੀ ਸਪੂਰਨ ਹੁੰਦੇ ਹਨ ਅਤੇ ਸਤਸੰਗ ਦੀ ਕਿਰਪਾ ਹੋਈ ਸਵੇਰ ਨੂੰ ਸ਼ੁੱਕਰਵਾਰ ਹਾਂਜੀ ਕੱਲ੍ਹ ਨੂੰ 4 ਤੋਂ 4:15 ਦੇ ਸਮੇਂ ਦੇ ਵਿੱਚ ਹੋਵੇਗੀ ਸੋ 10 ਨੂੰ ਪਹਿਲੇ ਵਿੱਚ ਅਸੀਂ ਸਰ ਭਾਈ ਸਾਹਿਬ ਨੇ ਸਰ ਸਮੇਂ ਨਹੀਂ ਕਰਦੇ ਹਾਂ 10 ਨੂੰ ਪਹਿਲੇ ਤੋਂ ਵੱਧ ਤੋਂ ਗਿਆ ਸੀਗਾ ਸੋ 10 ਫਿਰ ਦੁਆਰਾ ਹੋ ਜਾਂਦਾ ਹਾਂ ਕਿ ਕੱਲ੍ਹ ਨੂੰ ਪ੍ਰਭਾਤ ਫੇਰੀ ਨਾਮ ਸਿਮਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਤੇ ਦੀਆਂ ਬਾਣੀਆਂ ਉਸ ਤੋਂ ਬਾਅਦ ਦਸ ਸਾਲ ਦੇ ਬਾਅਦ ਦੇ ਕੀਰਤਨ ਜਿਵੇਂ 12 ਵਜੇ ਤੱਕ ਇਸੇ ਤਰ੍ਹਾਂ ਹੀ ਪ੍ਰੋਗਰਾਮ ਲਗਾਤਾਰ ਚੱਲੇਗਾ ਸ਼ਾਮ ਨੂੰ ਜੋ ਹੈ ਬੀਬੀਆਂ ਵੱਲੋਂ ਹਰ ਮਹੀਨੇ ਪਹਿਲੇ ਸੀ ਸ਼ਰਵਾਦ ਜੋ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਦੇ ਹਨ ਉਹ 2 ਤੋਂ 4 ਹੋਣਗੇ ਸੋ ਉਸ ਤੋਂ ਬਾਅਦ ਜੋ ਹੈ ਸ਼ਾਮ ਦੇ ਦੌਰਾਨ ਆਰੰਭ ਹੋ ਜਾਣਗੇ ਰਾਤ ਦੇ 9 ਵਜੇ ਤੱਕ ਸਿੱਖਾਂ ਨੂੰ ਲਗਾਤਾਰ ਚਲਾ ਸਕਦੇ ਸੋ ਸੰਗਤਾਂ ਨੂੰ ਬੇਨਤੀ ਹੈ ਅਰਦਾਸ ਦੁਆਰਾ ਕਰਨ ਦਾ ਹੈ ਜ਼ਰੂਰ ਗੁਰੂ ਬਾਦਸ਼ਾਹ ਸਾਹਿਬ ਦੇ ਮੱਥੇ ਦੀ ਕਿਰਪਾਤਾਂ ਕਰਨੀਆਂ ਜੀ ਦਾਸ ਜੀ ਦੀ ਬੇਨਤੀਆਂ ਕਰਨੀਆਂ ਕੋਈ ਜਲਦਾ ਕਾਫੀ ਲੰਬੀ ਲੈ ਸਕਦੀ ਹੈ ਸੋ ਦਾਸ ਬੋਲਦੇ ਕਈ ਵਾਰ ਪੱਤਰ ਬੋਲਿਆ ਜਾਂਦਾ ਹਨ ਫਿਰ ਬੁਲਾਵਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋਠ ਮਹੱਲਾ ਪੰਜਵਾਂ ਗੁਰ ਕਾ ਸੁਰ ਕਵਾਰੇ ਚੌਕੀ ਚੌਕੀ ਧਮਾਰੇ ਰਾਮ ਨਾਮ ਲਾਗਾ ਜਨ ਜਾਗਰ ਭਾਗਾ ਪ੍ਰਭੀ ਤੂੰ ਮੇਰ ਉਸ ਬਦਾਤਾ ਗੁਣ ਕਟ ਕਰੇ ਮਨ ਨਿਰਮਲ ਗੁਰਨ ਪੁਰਖ ਬਦਾਤ ਰਹਾ ਨਾਨ ਪਰ ਵਨਾਸੀ ਤਾਂ ਕਿਸੇ ਉਹਨਾਂ ਮਿਰਤੀ ਜਾਸੀਆਂ ਤਕਰ ਦੇ ਦਾਸਾ ਜਾ ਪੂਰਨ ਹੋਈ ਆਸਾ ਪ੍ਰਭ ਮਹੱਲਾ ਪੰਜਵਾਂ ਤਾਤੀ ਵਾਹਨ ਲੱਗੇ ਪਾਰ ਬ੍ਰਹਮ ਸੁਰਣਾਏ ਚਗਰ ਦਮਾਰੇ ਰਾਮ ਕਾ ਦੁੱਖ ਲਗਨਾ ਭਾਏ ਸਤਿਗੁਰ ਪੂਰਾ ਭੇਟਿਆ ਜਨ ਮਤ ਬਣਾਈ ਰਾਮ ਨਾਮ ਉਪਦੀਆ ਕਾਲੇ ਬਲਾਏ ਰਹਾ ਰਾਖ ਲਈ ਇਤਨ ਰੱਖਾਂ ਸਵਿਆਤ ਮਿਟਾਏ ਕਉ ਨਾਨਕ ਕਿਰਪਾ ਭਈ ਪ੍ਰਭਾ ਸਹਾਈ ਸੁਹਿਲਾ ਰਾਧੋ ਦੀ ਮਹੱਲਾ ਬੈ ਲੈ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਜਿਤੇ ਆਖੀਆਂ ਗਾਤੇ ਕਾਲੇ ਚਾਰ ਪੁੱਤਰ ਗਾਵੋ ਸੁਹਿਲਾ ਸਿਰ ਸਿਰਜਣਹਾਰ ਤੁਮ ਗਾਓ ਮੈਂ ਨਿਰਭਉ ਕਾ ਸੋਹਿਲਾ ਵਾਰ ਜੇ ਸੁਲਸ ਦਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸਮਾਲਿਆਂ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਰਤਨਾ ਪੁਆਰ ਸਦਾ ਦੇ ਕੌਣ ਸਮਾਲ ਸੰਸਾ ਲਿਖਿਆ ਮਿਲ ਕਰ ਪਾਓ ਤੇ ਦੇਵ ਸਜਣਾ ਸਿਸਲਿਆ ਜੋ ਸਾਹ ਸੁਮੇਲ ਕਰ ਕਰ ਪਹੁੰਚਾ ਸੁਦੇ ਪੁਆਨ ਸੁਧਨਾਰਾ ਸਿਮਰੇ ਨਾਨ ਸੇ ਦੇਵਨ ਰਗਾ ਸਮਹਲਾ ਪਹਿਲਾ ਸੇ ਕਰ ਸ਼੍ਰੀ ਗੁਰ ਸ਼ਿਵ ਦੇ ਸੰਗ ਗੁਰ ਗੁਰੇ ਕੋਵੇ ਸਾਨੇ ਬਾਬਾ ਜਾਗਰ ਕਰਦੇ ਕੇ ਤੋ ਸੋ ਬਾਰਾ ਕੋਡਾਈ ਤੋ ਰਾਹ ਵਿਸੇ ਚ ਸੈਂਕੜੀਆਂ ਬਾਰਾਂ ਦਿੱਤੀ ਵਾਰੇ ਮਾਂ ਸੂਰਜੇ ਕੁਰੋ ਤਾਨੇ ਕਰਾਨ ਕਰਦੇ ਕੇ ਤੇਸ ਰਾਵ ਨਾਸਰੀ ਮਹਲਾ ਪਹਿਲਾ ਗਗਨ ਮੈਂ ਤਾਗ ਰਾਵ ਚੰਦ ਦੀ ਕਮਾਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਾਲਿਆ ਲੋ ਪਹੁੰਚੋ ਰੋਕਰੇ ਸਤਬਨ ਗਾ ਬਲੰਤ ਜੋਤੀ ਕਿਆਸੀ ਆਰਤੀ ਪਗ ਨ ਦੇਰੀ ਆਰਤੀ ਅਨਹਤ ਸਦਵਾ ਜੰਤ ਪੇਰੀ ਰਹਾ ਉਸ ਸਤਵ ਨੈਨ ਨਾਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਨਕ ਤੂਹੀ ਸਹਿਸ ਬਾਦ ਮਨਾ ਨੇ ਬਾਦ ਗੰਦ ਬਿਨ ਸਹਿਸ ਤਾਵ ਗੰਦ ਚਲਤ ਮੋਏ ਸਮੈ ਜੋ ਜੋ ਤੈ ਸੋਇ ਦੇ ਦੇ ਦਾਨ ਸਭ ਨੈ ਚਰਨ ਹੋਏ ਗੁਰ ਸਾਖੀ ਜਿਤ ਪ੍ਰਗਟ ਹੋਏ ਜੋ ਸੁਭਾ ਸੁਆਰਤੀ ਹੋਏ ਹਾਰੇ ਚਰਨ ਕਮਲ ਮਕਰਾ ਨਿਰਵਤ ਮਨ ਮਨ ਧਨ ਮਿਆ ਪਿਆਸਾ ਕਿਰਪਾ ਜਲ ਦੇ ਨਾਨ ਸਾਰਿਆਂ ਕੋ ਜਾ ਤੇ ਤਰਣਾ ਵਾਸਾ ਰਾ ਗੁਰ ਗੁਰ ਮਹਲਾ ਚੌਥਾ ਕਾਂਪਰ ਨਗਰ ਬਾ ਭਰਿਆ ਮਿਲ ਸਾਧੂ ਕੰਡਲ ਖੰਡਾਏ ਓ ਰਾ ਬੋਲੇ ਸ੍ਰੀ ਕਿਰਪਾ ਮਨਾ ਲੈ ਮੰਡਲ ਮੰਡਾਏ ਕਰ ਸਾਧੂ ਮੰਜਲੀ ਪੁਨ ਵੱਡਾ ਹੈ ਕਾਢਣਤ ਪੁਨ ਵੱਡਾ ਹੈ ਰਾਓ ਸਾਗਦਾਰਾ ਸਾਧਨ ਜਾਣਿਆ ਕਰਾਂ ਪਰੋਂ ਮੈਂ ਕੰਡਾਏ ਜਮਜਾ ਚਰਚ ਬਤ ਗੋਪਾਲ ਜਮ ਖਾਲਸਾ ਸ੍ਰੀ ਡੰਡਾਏ
ਹਰਜਨ ਹਰਾ ਨਾਮ ਸਮਾਨ ਦੁਖ ਜਨਮਨ ਪਉ ਖੰਡਾਇ ਅਵਿਨਾਸ਼ੀ ਕਿਰਪਾ ਪਰਮੇਸ਼ਰ ਭੂ ਸਭ ਖੰਡ ਬ੍ਰਹਮੰਡਾਇ ਹਾਮ ਗਰੀ ਮਸਕੀਨ ਪ੍ਰਾਪ ਤੇ ਜਰ ਰਾਖ ਰਾ ਗੋੜ ਵਟਾਇ ਜਨ ਨਾਨਕ ਨਾਮਾ ਦਾ ਰਟੇ ਕਰਨਾ ਮੇਸ ਮੰਡਾਇ ਰਾ ਗੋੜ ਗੁਰੂ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣ ਮੇਰੇ ਮੀਤਾ ਸੰਤ ਟਹਿਰ ਕੀ ਮੇਲਾ ਆ ਘਟ ਚਲੋ ਲਾਗੇ ਬਸੋ ਸੇ ਲਾਗ ਕਟੈ ਦਿਨ ਸਰੈ ਨਾਰੇ ਮਨ ਗੁਰ ਮੇਰੇ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤੇਰੇ ਬ੍ਰਹਮ ਗਿਆਨੀ ਸਜਗਾ ਪਿਆ ਰਾਸਾ ਕਤ ਕਦਤ ਨ ਜਾਣੀ ਜਾਗੋ ਆ ਸੋ ਬਿਹਾ ਜੋ ਹਰ ਕੁਰਤੇ ਮਨ ਬਸੇਰਾ ਨਿਜ ਘਰ ਮੈਲ ਪਾਵੋ ਸੁਖ ਸਾਜੇ ਬੋ ਨਾ ਗੋ ਬੇਰਾ ਅੰਤਰ ਜਾਮੀ ਪੁਰਖ ਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਸੁਖ ਮਾਂਗਾ ਮੋ ਪਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਸੁਖ ਮਾਂਗਾ ਰੂਪ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆਗੇ ਦਾਸ ਸਭ ਤੇਰਾ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਗੁਰਨਾ ਦੇ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਤਿੰਨੇ ਦਾ ਪਨਵਾਰ ਨਹਾਰਾ ਦੁਖਾਂ ਦਾ ਸੁਪਰਾਸ ਦੁਖੋ ਵਿਘਨ ਨਾ ਕਉ ਲਾਗੈ ਜਾਂ ਕੀ ਪ੍ਰਭ ਆ ਕੇ ਅਰਦਾਸ ਕਿਉਂ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭੋਤੀ ਸਿਮ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਤਿ ਵਿਖਾਏ ਦੇਵ ਬਹਾਦਰ ਸਿਨਿਆ ਕਰਨਾ ਉਹਨੇ ਧਿਆਵੇ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀ ਨਿਯੋਗ ਹਾਜ਼ਰਾ ਹਜ਼ੂਰ ਚਬਰ ਤੱਕ ਦੇ ਮਾਲਕ ਬਾਣੀ ਕੇ ਬੋਧ ਸ਼ਬਦਾ ਅਵਤਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ ਬੋਲਣਾ ਜੀ ਇਹ ਨਿਮਾਣਿਆਂ ਦੇ ਮਾਣ ਨੇ ਦਾਣਿਆਂ ਦਾਣ ਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪੱਤ ਨੇ ਗੱਦਿਆਂ ਦੀ ਗੱਦ ਨੇ ਧਰਿਆਂ ਧਰਨੇ ਆਸਰਿਆਂ ਦੇ ਆਸਰੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪਣੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਦੀ ਸੇਵਾ ਹੋਈ ਸਤਿਗੁਰੂ ਜੀ ਆਪ ਜੀ ਦੇ ਸੁੱਖ ਆਸਣ ਦੀ ਸੇਵਾ ਕਰਦਿਆਂ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਦਿਆਂ ਹੋਈ ਕੁਲ ਚੋਖੇ ਮਾ ਕਰਨੀ ਅੱਗੇ ਤੋਂ ਸੇਵਾ ਕਰਨ ਦਾ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਈ ਦਰ ਤੇ ਸਰਾ ਸੰਗਤ ਦਾ ਕਰਮ ਕਰਮ ਲੇਖੇ ਤੇਰੇ ਕੋਲੇ ਭੇਟਾ ਹਾਜ਼ਰੀ ਦਰ ਪ੍ਰਵਾਨ ਕਰਨੀ ਨਾਮ ਦੀਆਂ ਦਾਤਾਂ ਸ਼ੁਭ ਇੱਛਾਵਾਂ ਗੁਰਮਤ ਮਸਾਲ ਪੂਰਨ ਕਰਨੀਆਂ ਚਾਰ ਪਹਿਰ ਦਿਨ ਸੁੱਖ ਦਾ ਤੀਰਥ ਹੈ ਚਾਰ ਪਹਿਰ ਰਹਿਣਾ ਹੀ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦੇ ਜਾਗਣ ਨੇ ਨਿਯਮ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪਦੇ ਸੁੱਖ ਆਸਣ ਤਿਆਰ ਹਨ ਆਪ ਆਪਣੇ ਨਿੱਜ ਸਥਾਨ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਖੁੱਲੇ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਰੇ ਦੇ ਨਾਮ ਮਿਲਿਆ ਆਪਦਾ ਨਾਮ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ